ਅੱਜ ਪੰਜਾਬ ਦੇ ਵਿੱਤ ਮੰਤਰੀ ਸਾਹਿਬ ਨੇ ਜਿਹੜਾ ਹੜ੍ਹਾਂ ਬਾਰੇ ਬਿਆਨ ਦਿੱਤਾ, ਮੈਂ ਮਹਿਸੂਸ ਕਰਦਾ ਕਿ ਜਿਹੜੀ ਬੇਰੁਖੀ ਉਹਨਾਂ ਨੇ ਹੜ੍ਹਾਂ ਦੇ ਬਾਰੇ 'ਚ ਕੱਲ੍ਹ ਪ੍ਰੈਸ ਨਾਲ ਗੱਲਬਾਤ ਕਰਦੇ ਪ੍ਰਗਟ ਕੀਤੀ ਸੀ, ਜਿਹੜੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਔਰ ਜਿਹੜੀ ਇੱਕ ਹਫ਼ਤੇ ਤੋਂ ਜਾਨ ਮਹਿਣਾ ਅਣਗਹਿਲੀ ਪੰਜਾਬ ਸਰਕਾਰ ਨੇ ਕੀਤੀ ਹੈ, ਉਹਦੇ 'ਤੇ ਪਰਦਾ ਪਾਉਣ ਦੀ ਇੱਕ ਕੁਝ ਚਾਲ। ਮੈਨੂੰ ਹੈਰਾਨੀ ਹੁੰਦੀ ਹੈ ਕਿ ਕੱਲ੍ਹ ਹਾਲੇ ਮੁੱਖ ਮੰਤਰੀ ਸਾਹਿਬ ਨੇ ਆਰਡਰ ਕੀਤੇ ਹੈ, ਇੱਕ ਹਫ਼ਤੇ ਤੋਂ ਪਲਟਸ ਦਾ ਕੰਮ ਚੱਲ ਰਿਹਾ, ਕਿ ਚਾਰ ਮੰਤਰੀ ਸਾਹਿਬਾਨ ਦੀ ਡਿਊਟੀ ਲੱਗੀ। ਤੁਸੀਂ ਖੁਦ ਤਾਂ ਜਿਹੜਾ ਫਲੱਡ ਰਿਲੀਫ ਦਾ ਕੰਮ ਹੈ ਉਹ ਹੁਣ ਐਡਮਿਟ ਕਰ ਰਹੇ ਹੋ ਕਿ ਇੱਕ ਹਫ਼ਤਾ ਪਹਿਲਾਂ ਅਸੀਂ ਕੋਈ ਤਿਆਰੀ ਨਹੀਂ ਕੀਤੀ। ਅੱਜ ਤੁਹਾਡੇ ਮੰਤਰੀ ਸਾਹਿਬਾਨ ਜਦੋਂ ਪਾਣੀ ਬਹੁਤ ਥਾਵਾਂ 'ਤੇ ਲੱਗ ਚੁੱਕੇ ਆ, ਸਮਾਜ ਸੇਵੀ ਸੰਸਥਾਵਾਂ, SGPC, ਹੋਰ ਧਾਰਮਿਕ ਸੰਸਥਾਵਾਂ, ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਹਫ਼ਤੇ ਤੋਂ ਖੜ੍ਹ ਕੇ ਉਹਨਾਂ ਦੀ ਪਹਿਲੀ ਦਿੱਕਤ ਖਾਣ ਪੀਣ ਦੀ ਦੂਰ ਕਰ ਚੁੱਕਿਆ, ਅਤੇ ਇਸ ਤੋਂ ਬਾਅਦ 'ਤੇ ਤੁਹਾਡੇ ਮੰਤਰੀਆਂ ਦੀ ਡਿਊਟੀ ਲੱਗ ਰਿਹਾ, ਤੁਸੀਂ ਆਪਣੇ ਐਡੇ ਵੱਡੇ ਗੁਨਾਹ ਕਿਵੇਂ ਛੁਪਾ ਸਕਦੇ? ਹਾਲੇ ਤੱਕ ਤੁਹਾਡੀਆਂ ਗਰਦੌਰੀਆਂ ਨਹੀਂ ਸ਼ੁਰੂ ਹੋਈਆਂ। ਵਿੱਤ ਮੰਤਰੀ ਜੀ ਖੁਦ ਕਹਿ ਰਹੇ ਆ ਕਿ ਨੁਕਸਾਨ ਹੋ ਗਿਆ ਹੋਣਾ, ਸੜਕਾਂ ਟੁੱਟ ਗਈਆਂ ਹੋਣੀਆਂ। ਜੇ ਤੁਸੀਂ ਕਿਤੇ ਪੰਜਾਬ ਦੇ ਇਹਨਾਂ ਇਲਾਕਿਆਂ 'ਚ ਜਾ ਕੇ ਦੇਖਿਆ ਹੁੰਦਾ, ਤੁਹਾਨੂੰ ਸਾਰਾ ਕੁਝ ਪਤਾ ਹੋਣਾ ਸੀ ਕਿ ਕੁਝ ਹੋ ਚੁੱਕਿਆ। ਇਸ ਕਰਕੇ ਆਪਣੀ ਜਿਹੜੀ ਨਲਾਇਕੀ ਆ ਉਹਦਾ ਜਿਹੜਾ ਕੇਂਦਰ ਸਰਕਾਰ ਉੱਤੇ ਪਾ ਕੇ, ਜੇ ਤੁਸੀਂ ਕੇਸ ਹੀ ਨਹੀਂ ਬਣਾ ਕੇ ਹਾਲੇ ਤੱਕ ਭੇਜਿਆ, ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਤੁਹਾਡੀ ਕਿਸੇ ਨੇ ਮਦਦ ਨਹੀਂ ਕੀਤੀ? ਕੇਂਦਰ ਸਰਕਾਰ ਨੇ ਤਾਂ ਫਿਰ ਵੀ ਚੰਗਾ ਕੀਤਾ ਕਿ ਉਹਨਾਂ ਨੇ ਆਪਣੇ ਲੈਵਲ 'ਤੇ ਟੀਮ ਅਸੈਸ ਕਰਨ ਵਾਸਤੇ ਭੇਜ ਦਿੱਤੀ। ਪਰ ਤੁਸੀਂ ਇਹ ਕਹਿੰਦੇ ਹੋ ਕਿ ਅਸੀਂ ਚਿੱਠੀਆਂ ਲਿਖ ਦਿੱਤੀਆਂ, ਤੁਸੀਂ ਟੈਲੀਫੋਨ ਨਹੀਂ ਕਰ ਸਕਦੇ? ਸਿਰਫ ਤੁਸੀਂ ਉੱਥੇ ਖਾਨਾ ਪੂਰਤੀ ਕਰਨ ਵਾਸਤੇ ਚਿੱਠੀਆਂ ਲਿਖ ਰਹੇ ਹੋ, ਅਤੇ ਟੈਲੀਫੋਨ ਨੂੰ ਕਿੰਨਾ ਲੱਗਦਾ ਕਿ ਤੁਸੀਂ ਕੇਂਦਰੀ ਮੰਤਰੀ ਨੂੰ ਤੁਰੰਤ ਟੈਲੀਫੋਨ ਕਰਕੇ ਅਤੇ ਸਾਰੀ ਹਾਲਾਤ ਦੱਸ ਸਕਦੇ? ਇਸ ਕਰਕੇ ਇਹਨਾਂ ਨੂੰ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣਾ ਚਾਹੀਦਾ। ਝੂਠੀਆਂ ਐਲੀਗੇਸ਼ਨਾਂ ਕਿਸੇ 'ਤੇ ਨਹੀਂ ਲਾਉਣੀਆਂ ਚਾਹੀਦੀਆਂ। ਪੰਜਾਬ ਦੀ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਕਿ ਅਸੀਂ ਜਿਹੜੇ ਬੁਰੀ ਤਰ੍ਹਾਂ ਦੇ ਨਾਲ ਫੇਲ ਹੋਏ ਹਾਂ, ਜਿਹੜੀ ਜਨਤਾ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਸ ਅਣਗਹਿਲੀ ਦਾ ਜਵਾਬ ਜ਼ਰੂਰ ਦੇਵੇਗੀ।